ਇਹ ਰਾਜਨੀਤੀ ਦਾ ਇੱਕ ਪਾਰਟ ਹੈ, ਇਹ ਕਿਵੇਂ ਕੀਤਾ ਜਾ ਰਿਹਾ, ਕੀ ਤਮਾਸ਼ਾ ਕੀਤਾ ਜਾ ਰਿਹਾ, ਕਿਹੜੀਆਂ ਗੱਲਾਂ ਲੁਕੋਈਆਂ ਜਾਂਦੀਆਂ, ਕਿਉਂਕਿ ਰਾਜਨੀਤੀ 'ਚ ਇਹ ਦੱਸਿਆ ਜਾਂਦਾ ਵੀ ਜਿਹੜੀ ਚੀਜ਼ ਦਿਖਾਈ ਜਾ ਰਹੀ ਹੈ ਉਹ ਹੁੰਦੀ ਨਹੀਂ, ਉਹਦੇ ਪਿੱਛੇ ਲੁਕਾਉਣ ਵਾਲੀ ਚੀਜ਼ ਕੋਈ ਹੋਰ ਹੁੰਦੀ ਆ। ਹੁਣ ਆਪਾਂ ਕੱਲ੍ਹ ਤੋਂ ਪਰਸੋਂ ਦਾ ਹੀ ਦੇਖ ਰਹੇ ਹਾਂ ਜੇ ਇੱਕ ਪਾਰਟੀ ਦੇ CM ਨੂੰ ਹੀ ਮਤਲਬ ਅੰਦਰ ਕੀਤਾ ਜਾ ਰਿਹਾ, ਅਤੇ ਪਰ ਕਿਤੇ ਨਾ ਕਿਤੇ ਸਾਡੀ ਸ਼ੰਕਾ ਇਹ ਆ ਵੀ ਕਿਤੇ ਨਾ ਕਿਤੇ ਕਿਸਾਨ ਜਿਹੜੀ ਮੂਵਮੈਂਟ ਚੱਲ ਰਹੀ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੋਕਾਂ ਦੀ ਮੰਗਾਂ ਨੂੰ ਮੂਵਮੈਂਟ ਨੂੰ ਕਰ ਰਹੀ ਆ, ਇੱਕ ਛਡਾਉਣ ਦੀ ਜ ਬਦਲਾਖੋਰੀ ਦੇ ਵਿੱਚ ਰਹਿ ਕੇ ਰਾਜਨੀਤੀ ਨੂੰ ਗੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿੱਥੇ ਕਿ ਲੋਕਾਂ ਦੀ ਮੰਗਾਂ ਉਹਦੀ ਉਹਨਾਂ ਦੀਆਂ ਕਰਜ਼ ਮਾਫੀ ਆ, ਲੋਕਾਂ ਦੀ ਮੰਗਾਂ ਉਹਨਾਂ ਦੀ ਨੌਕਰੀਆਂ ਨੇ, ਲੋਕਾਂ ਦੀ ਮੰਗਾਂ ਉਹਨਾਂ ਜਿਹੜਾ ਯੂਥ ਜਿਹੜਾ ਬਾਹਰ ਜਾ ਰਿਹਾ ਉਹਨੂੰ ਇੱਥੇ ਇੰਪਲੋਇਮੈਂਟ ਕਿਵੇਂ ਮਿਲੇ, ਇਹ ਮੰਗਾਂ ਨੇ ਡਿਵੈਲਪਮੈਂਟ ਦੀ ਮੰਗਾਂ ਨੇ, ਡਿਵੈਲਪਮੈਂਟ ਹੋਈ ਜਾਂ ਨਹੀਂ ਹੋਈ, ਹੁਣ ਉਹਨਾਂ ਨੇ ਆ ਕੇ ਸਾਡੇ ਘਰਾਂ 'ਚ ਆਉਣਾ ਸੀ, ਹੁਣ ਪੁੱਛਣਾ ਸੀ, ਤਾਂ ਉਹ ਮੁੱਦਿਆਂ ਨੂੰ ਛੋਟੇ ਕੀਤਾ ਜਾ ਰਿਹਾ। ਬਿਲਕੁਲ ਇਹੀ ਇਹ ਆਪਾਂ ਇਹੀ ਗੱਲ ਆਪਾਂ ਦੱਸ ਰਹੇ ਹਾਂ ਵੀ ਰਾਜਨੀਤੀ ਜਿਹੜੀ ਦਿਖਾ ਰਹੇ ਆ ਉਹ ਹੁੰਦਾ ਨਹੀਂ। ਕਈ ਵਾਰੀ ਆਪਾਂ ਨੂੰ ਉਹ ਪਰਦੇ ਪਿੱਛੇ ਗੱਲ ਜਿਹੜੀ ਹੋ ਰਹੀ ਹੈ, ਕਿਉਂਕਿ ਆਪਾਂ ਹੁਣ ਮੀਡੀਆ ਦੇਖ ਲਈਏ ਜਿਹੜਾ ਤੁਹਾਡੇ ਵਿੱਚ ਸਾਥ ਦਿੰਦੇ ਹੋ ਸਾਨੂੰ ਲੋਕਾਂ ਤੱਕ ਪਹੁੰਚਣ ਦਾ, ਉਹ ਮੀਡੀਆ ਇੱਕੋ ਜਿਹੀ ਚੀਜ਼ 'ਚ ਕਵਰ ਕੀਤਾ ਜਾ ਰਿਹਾ ਜਿੱਥੇ ਕਿ ਬੜੇ ਸੰਗੀਨ ਜੁਰਮ ਲੱਗੇ ਆ, ਜਿਹੜੇ ਸਰਕਾਰ BJP ਸੀਗੀ ਉਹਨਾਂ ਦੇ ਉੱਤੇ ਵੀ ਲੱਗੇ ਆ ਵੀ ਜਿਨ੍ਹਾਂ ਨੇ ਫੰਡ ਕਿੱਥੋਂ ਲਿੱਤੇ, ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਸੁਣਵਾਈਆਂ ਹੋ ਰਹੀਆਂ ਉਹਨੂੰ ਦੱਬਿਆ ਗਿਆ, ਜਿਹੜੀ ਇਹਨਾਂ ਦੀਆਂ ਜਿਹੜੀਆਂ ਆਈਡੀਓਲੋਜੀ ਆ ਉਹ ਜਿਹੜੀ ਸਾਹਮਣੇ ਆ ਰਹੀ ਸੀ, ਫਿਰ ਕਬਰਸਤੀ ਹੈਗੀ ਆ ਉਹ ਲੁਕ ਰਹੀ ਆ, ਅਤੇ ਇਹ ਮਸਲੇ ਇਹਨਾਂ ਨੂੰ ਡਿਵੈਲਪ ਕਰਕੇ ਅੱਗੇ ਲੈ ਕੇ ਆਉਣ ਦੀ ਦੌਰ ਆ, ਲੋਕ ਲੈ ਕੇ ਆਉਣਗੇ, ਲੋਕ ਸਮਝ ਰਹੇ ਆ, ਹੁਣ ਲੋਕ ਅਨਪੜ੍ਹ ਨਹੀਂ ਰਹੇ, ਕਾਫੀ ਜਨਤਾ ਆਪਣੀ ਵੱਧ ਚੁੱਕੀ ਆ, ਨੌਰਥ ਇੰਡੀਆ ਵਿੱਚ ਐਜੂਕੇਸ਼ਨ ਲੈਵਲ ਵੱਧ ਚੁੱਕਿਆ। MSP ਦੀ ਲੜਾਈ ਲੜਦੇ ਹੋ, ਕਿਵੇਂ ਦੇਖਦੇ ਹੋ ਵੀ ਸਰਕਾਰ ਹੱਦ ਤੱਕ ਨਹੀਂ ਮੰਨ ਰਹੀ ਹੈਗੀ? ਦੇਖੋ MSP ਦੀ ਲੜਾਈ ਆ ਜਿਹੜੀ ਵੱਡੀ ਆ, ਇਹ ਤਿੰਨ ਚੀਜ਼ਾਂ ਨਾਲ ਇੱਕ ਦੂਜੇ ਨਾਲ ਜੁੜੀ ਹੋਈ ਆ, ਇਹ ਤਿੰਨ ਅਸੀਂ ਜਿਹੜੇ ਮਿਨੀਮਮ ਮੁੱਦੇ ਲੈ ਕੇ ਚੱਲੇ ਹਾਂ, ਜਿਹੜੀ MSP ਆ, ਕਰਜ਼ ਮਾਫ਼ੀ ਆ ਅਤੇ WTO, ਕਿਉਂਕਿ ਇੱਕ ਦੂਜੇ ਨਾਲ ਕਲੱਬ ਆ ਇਹ ਤਿੰਨੇ ਚੀਜ਼ਾਂ। ਜੇ ਆਪਾਂ MSP ਲਾ ਵੀ ਦਿੰਦੇ ਹਾਂ, ਜੇ ਪਿਛਲਾ ਕਰਜ਼ਾ ਮਾਫ਼ ਨਹੀਂ ਹੁੰਦਾ ਤਾਂ ਵੀ ਸਥਿਰਤਾ ਕਿਸਾਨ ਦੀ ਅੱਗੇ ਆ ਨਹੀਂ ਸਕਦੀ, ਉਹਦੀ ਆਰਥਿਕ ਮੰਦਾਲੀ ਸਹੀ ਨਹੀਂ ਹੋ ਸਕਦੀ। ਪਹਿਲਾਂ ਕਰਜ਼ ਮਾਫ਼ੀ ਹੋਣੀ ਚਾਹੀਦੀ ਹੈ ਜਿੱਥੇ ਅੱਜ 0-0 'ਤੇ ਆ ਜਾਣ ਕਿਸਾਨ, ਫਿਰ ਉਸ ਤੋਂ ਬਾਅਦ MSP ਜੇ ਮਿਲਦੀ ਆ ਤਾਂ ਫਸਲਾਂ ਦੇ ਪੂਰੇ ਭਾਅ ਮਿਲਦੇ ਆ ਤਾਂ ਕਿਸਾਨ ਸਟੈਬਲਿਸ਼ ਹੁੰਦਾ। ਪਰ ਜੇ ਫਸਲਾਂ ਦੇ ਪੂਰੇ ਭਾਅ ਮਿਲਣ ਤੋਂ ਬਾਅਦ ਵੀ ਜੇ WTO ਦੇ ਵਿੱਚੋਂ ਆਪਾਂ ਕਿਸਾਨੀ ਨੂੰ ਫਸਲਾਂ ਨੂੰ ਨਹੀਂ ਕੱਢਦੇ ਤਾਂ 5-4 ਕਿੱਲੇ ਵਾਲਾ ਕਿਸਾਨ, 5,000 ਏਕੜ ਵਾਲੇ ਕਿਸਾਨ ਨਾਲ ਕਿਵੇਂ ਮੁਕਾਬਲਾ ਕਰ ਲੂਗਾ? ਇਹਨੂੰ ਆਪਾਂ ਪੂਰੇ ਦੁਨੀਆ ਦੇ ਵਿੱਚ ਖੁੱਲ੍ਹਾ ਨਹੀਂ ਛੱਡ ਸਕਦੇ, ਕਿਉਂਕਿ ਉੱਥੇ ਲੋਕ ਵਪਾਰ ਲਈ ਖੇਤੀ ਕਰਦੇ ਆ, ਇੱਥੇ ਘਰ ਚਲਾਉਣ ਵਾਸਤੇ ਖਰਚੇ ਪੂਰੇ ਕਰਨ ਵਾਸਤੇ ਖੇਤੀ ਕੀਤੀ ਜਾਂਦੀ ਹੈ, ਤਾਂ ਖੇਤੀ ਦਾ ਜਿਹੜਾ ਮਾਡਲ ਆ ਉਹ ਡਿਫਰੈਂਟ ਆ। ਅਤੇ ਜਿਹੜੇ ਇੰਡੀਆ ਦੇ ਹਿਸਾਬ ਨਾਲ ਮਾਡਲ ਆ ਇਹਨੂੰ ਸਿਕਿਓਰ ਸਰਕਾਰ ਨੂੰ ਰੱਖਣਾ ਚਾਹੀਦਾ, WTO ਦੇ ਵਿੱਚ ਖੇਤੀ ਵਿੱਚੋਂ ਕੱਢ ਦੇਣੀ ਚਾਹੀਦੀ। ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦਾ, ਕਿਸ ਨੂੰ ਸਮਰਥਨ ਦੇ? ਦੇਖੋ ਲੋਕ ਸਭਾ ਜਿਹੜੀ ਚੋਣਾਂ ਨੇ ਇਹ ਆ ਰਹੀਆਂ ਨੇ, ਹਾਲੇ ਇਹ ਫੈਸਲੇ SKM ਨੇ ਜਾਂ ਜਥੇਬੰਦੀ ਨਾਲ ਲੜੇ ਕਰਨੇ ਨੇ, ਇਹਦੇ 'ਚ ਹਾਲੇ ਅਗਲੇ ਆਉਣ ਵਾਲੇ ਸਮੇਂ 'ਚ ਕੋਈ ਫੈਸਲੇ ਲਿੱਤੇ ਜਾਣਗੇ। ਜਿਹੜੇ ਸ਼ੰਭੂ ਬੈਰੀਅਰ 'ਤੇ ਬੈਠੇ ਨੇ, ਕਿਸ ਤਰ੍ਹਾਂ ਮਾਰਚ ਕਰਦੇ ਹੋ? ਤੁਹਾਡੇ ਨਾਲ ਕੋਈ ਗੱਲਬਾਤ ਹੋਈ ਆ? 2 ਜਥੇਬੰਦੀਆਂ ਨੇ ਹੁਣ ਤਾਂ ਕਾਫੀ ਡਾਊਨ 'ਚ ਚੱਲ ਰਹੇ ਨੇ। ਹਾਂਜੀ, ਉਹ 2 ਜਥੇਬੰਦੀਆਂ ਨੇ, ਸਾਡਾ ਇੱਕ ਸਾਥੀ ਨਾਲ ਰਹੇ ਨੇ, ਅਤੇ ਇੱਕ 2 ਫਰਮਾਂ ਨੇ, ਐਕਚੁਅਲੀ 5-10 ਜਥੇਬੰਦੀਆਂ ਨੇ, 2 ਫਰਮਾਂ ਕੰਮ ਕਰ ਰਹੀਆਂ ਨੇ, ਉਹ ਆਪਣੇ ਤੌਰ 'ਤੇ ਲੜਾਈ MSP ਦੀ ਆਹੀ WTO ਦੀ ਕਰਜ਼ੇ ਦੀ ਲੈ ਕੇ ਬੈਠੇ ਨੇ, ਉਹ SKM ਦੇ ਜਿਹੜੀ 6 ਮੈਂਬਰੀ ਕਮੇਟੀ ਆ ਉਹਨਾਂ ਨਾਲ ਤਾਲਮੇਲ 'ਚ ਲੱਗਦਾ। ਦੇਖੋ ਜਿਹੜਾ ਏਕਤਾ ਵਾ, ਆਪਾਂ ਪਿਛਲਾ ਅੰਦੋਲਨ ਦੇਖੇ ਆ, ਜਥੇਬੰਦੀਆਂ ਅਲੱਗ ਅਲੱਗ ਕੰਮ ਕਰਦੇ, ਤੁਸੀਂ ਤਾਂ ਬਹੁਤ ਕੁਛ ਕਵਰ ਕਰਦੇ ਰਹੇ ਹੋ, ਜਦੋਂ ਆ ਕੇ ਇਕੱਠੀਆਂ ਹੋਈਆਂ ਜਾਂ SKM ਦਾ ਇੱਕ ਪਲੇਟਫਾਰਮ ਬਣਿਆ, ਉਹਦੇ 'ਚ ਆਪਾਂ ਨੂੰ ਪ੍ਰਾਪਤੀ ਮਿਲੀ ਆ। ਇੱਕ ਜਥੇਬੰਦੀਆਂ ਦੀ ਪ੍ਰਾਪਤੀ ਨਹੀਂ ਹੁੰਦੀ, ਇੱਕ ਪਬਲਿਕ ਓਪੀਨੀਅਨ ਹੁੰਦਾ, ਇੱਕ ਆਮ ਓਪੀਨੀਅਨ ਲੋਕਾਂ ਦਾ ਜਦੋਂ ਨਾਲ ਰਲ ਜਾਂਦਾ ਫਿਰ ਲੜਾਈ ਜਿਹੜੀ ਮਰਜ਼ੀ ਡੈਮੋਕ੍ਰੇਸੀ ਦੇ ਵਿੱਚ ਜਿੱਤੀ ਜਾ ਸਕਦੀ ਆ। ਆਮ ਏਕਤਾ ਹੋਣੀ ਲੋਕਾਂ ਦੀ ਖੁਆਇਸ਼ ਵੀ ਹੈਗੀ ਆ, ਜਥੇਬੰਦੀ ਦੀ ਖੁਆਇਸ਼ ਵੀ।